ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 10ਵੀਂ ਜਮਾਤ ਦੇ ਲਈ ਵਿਗਿਆਨ ਵਿਸ਼ੇ ਦੀ ਪ੍ਰੈਕਟਿਸ ਸ਼ੀਟ ਨੰਬਰ 3 ਸੋਲਵ ਕਰਨ ਜਾ ਰਹੇ ਹਾਂ ਚੈਪਟਰ ਦਾ ਨਾਮ ਹੈ ਮਨੁੱਖੀ ਅੱਖ ਅਤੇ ਰੰਗ ਬਰੰਗਾ ਰੰਗ ਬਰੰਗਾ ਸੰਸਾਰ ਤੇ ਇਸ ਨੂੰ ਆਪਣੇ ਕੋ ਜੋ ਸ਼ੀਟ ਨੰਬਰ 3 ਹੈ ਇਹ ਤੁਹਾਡੇ 30 ਅਗਸਤ ਦੇ ਐਗਜ਼ਾਮ ਦੇ ਲਈ ਹੈ ਜੀ ਜੋ ਤੁਹਾਡਾ 30 ਅਗਸਤ ਨੂੰ ਕੰਪੀਟੈਂਸੀ ਐਗਜ਼ਾਮ ਹੋਣਾ ਹੈ ਉਸ ਦੇ ਲਈ ਇਹ ਸ਼ੀਟ ਆਪਾਂ ਸੋਲਵ ਕਰ ਰਹੇ ਹਾਂ ਤੇ ਸ਼ੀਟ ਨੰਬਰ 3 ਅਤੇ 4 ਚੌਥੀ ਸ਼ੀਟ ਹਜਾਣੀ ਹੈ ਤੇ ਇਹ ਦੋਵੇਂ ਹੀ ਸ਼ੀਟਾਂ ਤੁਸੀਂ 30 ਅਗਸਤ ਦੇ ਐਗਜ਼ਾਮ ਦੇ ਲਈ ਤਿਆਰ ਕਰਨੀਆਂ ਹਨ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵਿਦਿਆਰਥੀਓ ਇਸੇ ਵੀਡੀਓ ਦੇ डिस्क्रिप्शन बॉक्स के लिंक मिलेगा जिस दार ही प्रैक्टर शीटा थनों सोल्व जी ग इसलिए तुम इस भीडियो दे डिस्क्रिप्शन बॉक्स के कलिक कर लेना है क्लिक करके उ जो लिंक है उस लिंक ते क्लिक करके बाकी क्लासा हैं उन्होंयज़ देख सकते हो दसवीं क्लास दो बाकी विषय दीटा वो देख सकते हो जी तो आओ हूँ आप एक करके सारी क्वेश्चनसू सोल्व करते हैं जी तो उसमें पहला क्वेश्चन अपने कुछ तरह है जी ਇੱਕ ਮਨੁੱਖ ਮਨੁੱਖੀ ਅੱਖ ਰਟੀਨਾ ਤੇ ਅੱਖ ਦੇ ਲੈਂਸ ਦੀ ਫੋਕਸ ਦੂਰੀ ਨੂੰ ਬਦਲ ਕੇ ਵੱਖ-ਵੱਖ ਦੂਰੀਆਂ ਤੇ ਪਈਆਂ ਵੱਖ-ਵੱਖ ਵਸਤੂਆਂ ਦੀਆਂ ਤਸਵੀਰਾਂ ਬਣਾ ਸਕਦੀ ਹੈ ਇੱਕ ਮਨੁੱਖੀ ਅੱਖ ਰਟੀਨਾ ਤੇ ਅੱਖ ਦੇ ਲੈਂਸ ਦੀ ਫੋਕਸ ਦੂਰੀ ਨੂੰ ਬਦਲ ਕੇ ਫੋਕਸ ਦੂਰੀ ਨੂੰ ਬਦਲ ਕੇ ਵੱਖ-ਵੱਖ ਦੂਰੀ ਤੇ ਪਈਆਂ ਵੱਖ-ਵੱਖ ਵਸਤੂਆਂ ਦੀਆਂ ਤਸਵੀਰਾਂ ਬਣ ਸਕਦੀਆਂ ਹਨ ਇਸ ਦਾ ਕਾਰਨ ਕੀ ਹੈ ਹੁਣ ਸਣ ਧਿਆਨ ਨਾਲ ਦੇਖੋ ਜਰਾ ਤੇ ਇਹ ਆਪਣੇ ਕੋ ਇੱਕ ਮਨੁੱਖੀ ਆਖ ਹੈ ਜੀ ਮਨੁੱਖੀ ਆਖ ਆਪਣੇ ਕੋ ਹੈ ਤੇ ਆਪਣੇ ਕੋ ਅਲੱਗ-ਅਲੱਗ ਆਬਜੈਕਟ ਦੂਰੀ ਤੇ ਪਏ ਹੋਏ ਹਨ ਮੰਨ ਲਓ ਇੱਕ ਆਬਜੈਕਟ ਆਪਣੇ ਕੋ ਇਸ ਜਗ੍ਹਾ ਪਿਆ ਹੋਇਆ ਹੈ ਇੱਕ ਆਬਜੈਕਟ ਇਸ ਥੀਗਾ ਪਿਆ ਹੋਇਆ ਇੱਕ ਆਬਜੈਕਟ ਵੱਖ-ਵੱਖ ਜੋ ਦੂਰੀ ਤੇ ਪਈਆਂ ਵਸਤੂਆਂ ਦੀ ਤਸਵੀਰ ਕੀ ਹੁੰਦੀ ਹੈ ਇਸ ਦੇ ਵਿੱਚੋਂ ਜੋ ਰੇਜ਼ ਨਿਕਲਦੀਆਂ ਹਨ ਉਹ ਰੇਜ਼ ਆਪਣੇ ਕੋ ਕਿੱਥੇ ਜਾ ਕੇ ਮਿਲਦੀਆਂ ਹਨ ਰੂਟੀਨਾ ਤੇ ਮਿਲਦੀਆਂ ਹਨ ਚਾਹੇ ਉਹ ਇਹ ਵਾਲਾ ਆਬਜੈਕਟ ਹੈ ਚਾਹੇ ਦੂਸਰਾ ਆਬਜੈਕਟ ਹੈ ਦੂਸਰੇ ਆਬਜੈਕਟੋਂ ਵੀ ਰੇਜ਼ ਨਿਕਲ ਕੇ ਕਿੱਥੇ ਮਿਲਦੀਆਂ ਹਨ ਰੂਟੀਨਾ ਤੇ ਤੀਸਰਾ ਆਬਜੈਕਟ ਵਿੱਚੋਂ ਵੀ ਰੇਜ਼ ਨਿਕਲ ਕੇ ਕਿੱਥੇ ਮਿਲਦੀਆਂ ਹਨ ਰੂਟੀਨਾ ਤੇ ਤੇ ਦੂਰੀਆਂ ਵੱਖ-ਵੱਖ ਹਨ ਤੇ ਪਰ ਵਸਤੂਆਂ ਦੀ ਜੋ ਇਮੇਜ ਹੈ ਜੋ ਰੂਟੀਨਾ ਤੇ ਇਮੇਜ ਬਣ ਰਹੀ ਹੈ ਉਹ ਬਿਲਕੁਲ ਥੀਅਰ ਬਣ ਗਈ ਹੈ ਤੇ ਇਸ ਦਾ ਕਾਰਨ ਕੀ ਹੈ ਜੀ ਅਨੁਕੂਲਨ ਸਮਰੱਥਾ ਏ ਐਨਕੂਲਨ ਸਮਰੱਥਾ ਕਿਸ ਦੀ ਹੁੰਦੀ ਹੈ ਇਹ ਜੋ ਆਪਣਾ ਲੈਂਸ ਹੈ ਇਹ ਇਸ ਦੀ ਕੀ ਹੁੰਦੀ ਹੈ ਇੱਕ ਐਨਕੂਲਨ ਐਨਕੂਲਨ ਸਮਰੱਥਾ ਹੁੰਦੀ ਹੈ ਕਿ ਇਹ ਆਪਣੇ ਸਾਈਜ਼ ਨੂੰ ਸਿਲੈਰੀ ਜੋ ਮਸਲਸ ਹੁੰਦੇ ਹਨ ਇਸ ਜਗ੍ਹਾ ਤੇ ਲੱਗੇ ਹੁੰਦੇ ਹਨ ਸਿਲੈਰੀ ਮਸਲ ਉਹਨਾਂ ਦੀ ਹੈਲਪ ਦੇ ਨਾਲ ਇਹ ਆਪਣੇ ਕੋ ਆਪਣੇ ਆਪ ਨੂੰ ਮੋਟਾ ਤੇ ਪਤਲਾ ਕਰ ਸਕਦਾ ਹੈ ਜਿਸ ਦੀ وجہ ਨਾਲ ਨੇੜੇ ਪਈਆਂ ਚੀਜ਼ਾਂ ਵੀ ਆਪਾਂ ਨੂੰ ਸਹੀ ਨਜ਼ਰ ਆਉਂਦੀਆਂ ਹਨ ਕਲੀਅਰ ਤੇ ਦੂਰ ਪਈਆਂ ਚੀਜ਼ਾਂ ਵੀ ਆਪਾਂ ਨੂੰ ਕਲੀਅਰ ਨਜ਼ਰ ਆਉਂਦੀਆਂ ਹਨ ਇਸ ਨੂੰ ਕਿਹਾ ਜਾਂਦਾ ਹੈ ਅਨਕੂਲਨ ਸਮਰੱਥਾ ਤੇ ਇਟ ਮੀਨ ਕਿਹੜੀ ਆਪਸ਼ਨ ਆਪਣੇ ਕੋ ਸਹੀ ਹੈ ਜਿਸ ਦੇ ਲਈ ਚੌਥੀ ਆਪਸ਼ਨ ਆਪਣੇ ਕੋ ਸਹੀ ਹੈ ਜੀ फोर्थ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕੋ ਹੈ ਜੀ ਮਨੁੱਖੀ ਅੱਖ ਇਹਨਾਂ ਵਿੱਚੋਂ ਕਿਸ ਜਗ੍ਹਾ ਤੇ ਇੱਕ ਵਸਤੂ ਦਾ ਚਿੱਤਰ ਬਣਾਉਂਦੀ ਹੈ ਤੇ ਹੁਣੇ ਆਪਾਂ ਗੱਲ ਕੀਤੀ ਹੈ ਕਿਸ ਜਗ੍ਹਾ ਤੇ ਚਿੱਤਰ ਬਣਾਉਂਦੀ ਹੈ ਜੀ ਕੋਰਨੀਆ ਤੇ ਇਰਿਸ ਆਇਰਿਸ ਰੂਟੀਨਾ ਜਾਂ ਪੁਤਲੀ ਤੇ ਇਮੇਜ ਕਿੱਥੇ ਬਣਦੀ ਹੈ ਵਸਤੂ ਚਿੱਤਰ ਕਿੱਥੇ ਬਣਦਾ ਹੈ ਜੀ ਰੂਟੀਨਾ ਤੇ ਬਣਦਾ ਹੈ ਜੀ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਇੱਕ ਬਾਲਗ ਦੀ ਆਮ ਅੱਖ ਦੀ ਨਜ਼ਰ ਦੀ ਸਭ ਤੋਂ ਘੱਟ ਦੂਰੀ ਕਿਹੜੀ ਹੁੰਦੀ ਹੈ ਤੇ ਉਹ ਹੁੰਦੀ ਹੈ ਜੀ 25 ਸੈਂਟੀਮੀਟਰ ਦੂਸਰੀ ਆਪਸ਼ਨ ਆਪਣੇ ਕੋਲ ਜਾਏਗੀ ਕਿ ਇੱਕ ਬਾਲਗ ਦੀ ਇੱਕ ਆਮ ਅੱਖ ਦੀ ਨਜ਼ਰ ਦੀ ਸਭ ਤੋਂ ਘੱਟ ਦੂਰੀ ਕਿੰਨੀ ਹੁੰਦੀ ਹੈ ਜਿੱਥੇ ਆਪਾਂ ਬਿਲਕੁਲ ਸਹੀ ਨਜ਼ਰ ਆਪਾਂ ਨੂੰ ਨਜ਼ਰ ਆਉਂਦਾ ਹੈ ਤੇ ਉਹ ਦੂਰੀ ਹੁੰਦੀ ਹੈ ਜੀ 25 ਸੈਂਟੀਮੀਟਰ ਦੀ ਅਗਲਾ ਕੁਐਸਚਨ ਹੈ ਜੀ ਅੱਖ ਦੇ ਲੈਂਸ ਦੀ ਫੋਕਸ ਦੂਰੀ ਵਿੱਚ ਤਬਦੀਲੀ ਦੀ ਕਿਰਿਆ ਕਿਸ ਕਾਰਨ ਹੁੰਦੀ ਹੈ ਤੇ ਇਸ ਨੂੰ ਹੁੰਦੀ ਆਪਣੇ ਕੋ ਸਿਲੀਅਰੀ ਜੋ ਮਸਲਜ਼ ਹੁੰਦੇ ਹਨ ਜੋ ਸਿਲੀਅਰੀ ਪੇਸ਼ੀ ਹੁੰਦੀ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਸੀ ਹੁਣ ਇਹ ਤੁਹਾਨੂੰ ਦੱਸਿਆ ਸੀਗਾ ਕਿ ਮੰਨ ਲਓ ਕਿ ਇਹ ਆਪਣੇ ਕੋ ਇੱਕ ਅੱਖ ਹੈ ਅੱਖ ਦੇ ਵਿੱਚ ਇਹ ਆਪਣੇ ਕੋ ਲੈਂਸ ਹੁੰਦਾ ਹੈ ਤੇ ਲੈਂਸ ਨੂੰ ਜਿਨ੍ਹਾਂ ਨੇ ਫੜ ਕੇ ਰੱਖਿਆ ਹੁੰਦਾ ਹੈ ਉਹ ਹੁੰਦੇ ਹਨ ਸਿਲੀਰੀ ਮਸਲਸ ਇਹ ਆਪਣੇ ਕੋ ਸਿਲੀਰੀ ਮਸਲਸ ਹਨ ਜੀ ਤੇ ਇਹ ਜੋ ਸਿਲੀਰੀ ਮਸਲਸ ਹਨ ਆਪਣੇ ਕੋ ਇਸ ਦਾ ਆਪਾਂ ਕਲਰ ਚੇਂਜ ਕਰ ਦਿੰਦੇ ਹਾਂ ਸਿਲੀਰੀ ਮਸਲ ਦਾ ਕਲਰ ਦੇਖੋ ਇਹ ਵਾ ਇਹ ਸਿਲੀਰੀ ਮਸਲਸ ਹਨ ਸਿਲੀਰੀ ਮਸਲ ਜੋ ਹਨ ਉਹ ਲੈਂਸ ਦੀ ਫੋਕਸ ਦੂਰੀ ਨੂੰ ਘੱਟ ਵੱਧ ਕਰਨ ਵਿੱਚ ਹੈਲਪ ਕਰਦੇ ਹਨ ਜਿਸ ਨਾਲ ਕਿ ਆਪਾਂ ਨੂੰ ਨੇੜੇ ਪਈਆਂ ਚੀਜ਼ਾਂ ਵੀ ਸਹੀ ਨਜ਼ਰ ਆਉਂਦੀਆਂ ਹਨ ਤੇ ਦੂਰ ਪਈਆਂ ਚੀਜ਼ਾਂ ਵੀ ਬਿਲਕੁਲ ਸਹੀ ਨਜ਼ਰ ਆਉਂਦੀਆਂ ਹਨ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਤੇ ਇਸ ਤੋਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਨਿਕਟ ਦ੍ਰਿਸ਼ਟੀ ਦੋਸ਼ ਇਸ ਦੁਆਰਾ ਠੀਕ ਕੀਤਾ ਜਾਂਦਾ ਹੈ ਤੇ ਸੋ ਨਿਕਟ ਦ੍ਰਿਸ਼ਟੀ ਦੋਸ਼ ਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਿੰਦੇ ਹਨ ਮਾਇਓਪੀਆ ਇਸ ਦੇ ਵਿੱਚ ਕੀ ਹੁੰਦਾ ਹੈ ਆਪਾਂ ਨੂੰ ਜੋ ਨੇੜੇ ਪਈ ਚੀਜ਼ ਹੈ ਉਹ ਤਾਂ ਬਿਲਕੁਲ ਸਹੀ ਨਜ਼ਰ ਆਉਂਦੀ ਹੈ ਨਿਕਟ ਦ੍ਰਿਸ਼ਟੀ ਦੋਸ਼ ਦੇ ਵਿੱਚ ਕੀ ਹੁੰਦਾ ਹੈ ਜੋ ਚੀਜ਼ ਨਜ਼ਦੀਕ ਪਈ ਹੈ ਉਹ ਬਿਲਕੁਲ ਸਹੀ ਨਜ਼ਰ ਆਉਂਦੀ ਹੈ ਪਰ ਜੋ ਦੂਰ ਦੀ ਨਜ਼ਰ ਹੈ ਉਹ ਆਦਮੀ ਦੀ ਕੀ ਹੋ ਜਾਂਦੀ ਹੈ ਬੰਦੇ ਦੀ ਦੂਰ ਦੀ ਨਿਗਾਹ ਕੀ ਹੋ ਜਾਂਦੀ ਹੈ ਇਸ ਦੇ ਵਿੱਚ ਕਮਜ਼ੋਰ ਹੋ ਜਾਂਦੀ ਹੈ ਦੂਰ ਦੀ ਨਿਗਾਹ ਦੇ ਲਈ ਫਿਰ ਉਸ ਨੂੰ ਕੋਈ ਨਾ ਕੋਈ ਚਸ਼ਮਾ ਬਣਵਾਉਣਾ ਪੈਂਦਾ ਹੈ ਐਨਕ ਬਣਵਾਉਣੀ ਪੈਂਦੀ ਹੈ ਤਾਂ ਉਹ ਐਨਕ ਦੇ ਵਿੱਚ ਕਿਹੜਾ ਲੈਂਸ ਲਾਇਆ ਜਾਂਦਾ ਹੈ ਜਦੋਂ ਦੂਰ ਦੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਤੇ ਉਥੇ ਅਵਤਲ ਲੈਂਸ ਲਗਾਇਆ ਜਾਂਦਾ ਹੈ ਹੁਣ ਅਵਤਲ ਲੈਂਸ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਦੇਖੋ ਜੀ ਇਸ ਤਰ੍ਹਾਂ ਦਾ ਹੁੰਦਾ ਹੈ ਆਪਣੇ ਕੋ ਅਵਤਲ ਲੈਂਸ ਜੋ ਕਿ ਵਿੱਚੋਂ ਪਤਲਾ ਹੁੰਦਾ ਹੈ ਤੇ ਸਾਈਡਾਂ ਤੋਂ ਉਹ ਮੋਟਾ ਹੁੰਦਾ ਹੈ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਇੱਕ ਸਫੇਦ ਕੱਚ ਦੇ ਪ੍ਰਿਜ਼ਮ ਦੇ ਵਿੱਚ ਇੱਕ ਸਫੇਦ ਰੋਸ਼ਨੀ ਕੱਚ ਦੇ ਪ੍ਰਿਜ਼ਮ ਤੇ ਡਿੱਗਦੀ ਹੈ ਸਭ ਤੋਂ ਘੱਟ ਮੋੜਨ ਵਾਲੀ ਰੰਗ ਕਿਹੜਾ ਹੈ ਤੇ ਇਸ ਨੂੰ ਧਿਆਨ ਨਾਲ ਦੇਖੋ ਤੁਹਾਨੂੰ ਤੇ ਇਸ ਨੂੰ ਆਪਾਂ ਡਾਇਗਰਾਮ ਦੇ ਨਾਲ ਸਮਝਦੇ ਹਾਂ ਕਿ ਜੇਕਰ ਆਪਣੇ ਕੋ ਇੱਕ ਇਸ ਤਰ੍ਹਾਂ ਪ੍ਰਿਜ਼ਮ ਹੈ ਪ੍ਰਿਜ਼ਮ ਦੇ ਵਿੱਚ ਜੇਕਰ ਇਹ ਲਾਈਟ ਇਸ ਤਰ੍ਹਾਂ ਆਏਗੀ ਤਾਂ ਇੱਥੇ ਆ ਕੇ ਇਹ ਸੱਤ ਰੰਗਾਂ ਦੇ ਵਿੱਚ ਟੁੱਟ ਜਾਂਦੀ ਹੈ ਇਹ ਲਾਈਟ ਕੀ ਹੁੰਦੀ ਹੈ जो सफ़ेद रोशनी है वो इस तरह सत रंगा टुट जाती है तो ये सत्त रंग बाहर निकल के स्क्रीन पर जो पेंदे हैं इस तरह तो ये अपने को की बन जाता है विब ग्योर इसको आप कह दें इस थोड़ा आप व्डा करके देख लें देखो जी अपने को ये कि बन जाएगा इत एक विब ग्योर बन जाएगा ये ध्यान देखो विब ग्योर आर का मतलब है रेड ऑरेंज येलो ग्रीन ब्ल्यू इंडिगो एंड वायलट तो इसमें आप काफ़ी यूज़ करा इस, यूज इस क्या है वर्ण विखेपण वर्ण विखेपण ਏ ਆਪਾਂ ਜੋ ਸਫੇਦ ਲਾਈਟ ਹੈ ਇਸ ਜਗ੍ਹਾ ਤੋਂ ਸਫੇਦ ਲਾਈਟ ਆਏਗੀ ਸਫੇਦ ਲਾਈਟ ਪ੍ਰਿਜ਼ਮ ਦੇ ਵਿੱਚੋਂ ਪਾਸ ਹੋਏਗੀ ਤਾਂ ਉਹ ਸੱਤ ਰੰਗਾਂ ਦੇ ਵਿੱਚ ਟੁੱਟ ਜਾਂਦੀ ਹੈ ਜੀ ਤੇ ਇਹ ਰੰਗ ਤੁਹਾਨੂੰ ਨਜ਼ਰ ਆਉਣਾ ਦੱਸ ਰਿਹਾ ਕਿਹੜੇ ਕਿਹੜੇ ਰੰਗ ਹੁੰਦੇ ਹਨ ਆਪਣੇ ਕੋਈ ਆਪਾਂ ਗੱਲ ਕਰ ਲਈ ਇਸ ਦੇ ਬਾਰੇ ਤੇ ਹੁਣ ਦੇਖੋ ਆਪਣੇ ਕੋਲੋ ਇਸ ਦੇ ਵਿੱਚ ਕੀ ਕਿਹਾ ਗਿਆ ਹੈ ਆਪਣੇ ਕੋਲ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ ਆਪਾਂ ਨੂੰ ਕਿ ਕਿਹੜਾ ਜੋ ਰੰਗ ਹੈ ਉਹ ਘਟ ਮੁੜਨ ਵਾਲਾ ਰੰਗ ਸਭ ਤੋਂ ਘੱਟ ਕਿਹੜਾ ਰੰਗ ਮੁੜਿਆ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਸਭ ਤੋਂ ਉੱਪਰ ਵਾਲਾ ਰੰਗ ਜੋ ਹੈ ਉਹ ਘੱਟ ਮੁੜਿਆ ਹੈ ਸਭ ਤੋਂ ਨੀਚੇ ਵਾਲਾ ਰੰਗ ਉਹ ਸਭ ਤੋਂ ਵੱਧ ਮੁੜਿਆ ਹੈ ਤੇ ਸਭ ਤੋਂ ਉੱਪਰ ਕਿਹੜਾ ਹੈ ਰੰਗ ਆਪਣੇ ਕੋਲ ਲਾਲ ਇਟ ਮੀਨ ਜੋ ਲਾਲ ਰੰਗ ਹੈ ਉਹ ਸਭ ਤੋਂ ਘੱਟ ਮੁੜਿਆ ਹੈ ਜੀ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕੋਲ ਹੈ ਰਜਨੀ ਨੇ ਅੱਜ ਅੱਖਾਂ ਦੇ ਡਾਕਟਰ ਕੋਲ ਚੈੱਕ ਕਰਵਾਇਆ ਡਾਕਟਰ ਅਨੁਸਾਰ ਰਜਨੀ ਨੂੰ ਨਿਕਟ ਦ੍ਰਿਸ਼ਟੀ ਦੋਸ਼ ਹੈ ਉਹ ਹੀ ਆਪਣੇ ਕੋਲ ਮਾਇਓਪੀਆ ਇਟ ਮੀਨ ਜੋ ਨੇੜੇ ਪਈਆਂ ਚੀਜ਼ਾਂ ਹਨ ਉਹ ਸਹੀ ਨਜ਼ਰ ਆਉਣਗੀਆਂ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਨਜ਼ਰ ਆਉਣਗੀਆਂ ਰਜਨੀ ਨੂੰ ਐਨਕਾਂ ਵਿੱਚ ਕਿਸ ਤਰ੍ਹਾਂ ਦੇ ਲੈਂਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਹੁਣੇ ਆਪਾਂ ਉੱਪਰ ਕੀਤਾ ਹੈ ਜੇਕਰ ਆਪਣੇ ਕੋ ਨਿਕਟ ਦ੍ਰਿਸ਼ਟੀ ਦੋਸ਼ ਹੈ ਤਾਂ ਉਸ ਦੇ ਲਈ ਆਪਾਂ ਨੂੰ ਐਨਕਾਂ ਦੇ ਵਿੱਚ ਅਵਤਲ ਲੈਂਸ ਲਗਾਉਣਾ ਹੋਵੇਗਾ ਅਵਤਲ ਲੈਂਸ ਕਿਸ ਤਰ੍ਹਾਂ ਦਾ ਹੁੰਦਾ ਹੈ ਇਸ ਤਰ੍ਹਾਂ ਦਾ ਤੇ ਆ ਅਗਲਾ ਕੁਐਸਚਨ ਦੇਖਦੇ ਹਾਂ ਜੀ ਸਥਿਰ ਫੋਕਸ ਦੂਰੀ ਦਾ ਉੱਤਲ ਲੈਂਸ ਠੀਕ ਕੀ ਕਰ ਸਕਦਾ ਹੈ ਹੁਣ ਉੱਤਲ ਲੈਂਸ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਜੋ ਕਿ ਸਾਈਡਾਂ ਤੋਂ ਪਤਲਾ ਹੁੰਦਾ ਹੈ ਤੇ ਸੈਂਟਰ ਦੇ ਵਿੱਚ ਉਹ ਮੋਟਾ ਹੁੰਦਾ ਹੈ ਸਥਿਰ ਫੋਕਸ ਦੂਰੀ ਦਾ ਉੱਤਲ ਲੈਂਸ ਠੀਕ ਕਰ ਸਕਦਾ ਹੈ ਤੇ ਜੇਕਰ ਆਪਾਂ ਨੂੰ ਪਤਾ ਹੈ ਕਿ ਜੇਕਰ ਜੋ ਨਿਕੜ ਦ੍ਰਿਸ਼ਟੀ ਦੋਸ਼ ਹੈ ਉਹ ਉੱਤਲ ਲੈਂਸ ਸਹੀ ਕਰਦਾ ਹੈ ਤਾਂ ਉੱਤਲ ਲੈਂਸ ਕਿਹੜੀ ਦ੍ਰਿਸ਼ਟੀ ਨੂੰ ਦੂਰ ਸਹੀ ਕਰਦਾ ਹੈ ਦੂਰ ਦ੍ਰਿਸ਼ਟੀ ਦੋਸ਼ ਨੂੰ ਇਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਹਾਈਪਰਮੈਟਰੋਪੀਆ ਕਹਿੰਦੇ ਹਨ ਹਾਂ ਹਾਈਪਰ ਮੈਟਰੋਪੀਆ ਤੇ ਫਾਰ ਸਾਈਟਰਨੈਸ ਨੂੰ ਕਿਹਾ ਜਾਂਦਾ ਹੈ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕੋ ਹੈ ਜੀ ਹੇਠ ਲਿਖੇ ਰੰਗਾਂ ਵਿੱਚੋਂ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਹੈ ਤੇ ਸਭ ਤੋਂ ਘੱਟ ਜੋ ਤਰੰਗ ਲੰਬਾਈ ਹੁੰਦੀ ਹੈ ਉਹ ਹੁੰਦੀ ਹੈ ਵੇਂਗਣੀ ਰੰਗ ਦੀ ਜਿਸ ਨੂੰ ਆਪਾਂ ਵਾਇਲਟ ਕਹਿ ਦਿੰਦੇ ਹਾਂ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੇ ਸਮੇਂ ਸਭ ਤੋਂ ਵੱਧ ਮੋੜਨ ਵਾਲਾ ਰੰਗ ਕਿਹੜਾ ਹੈ ਇਹ ਹੀ ਹੈ ਜੀ ਵੈਂਗਣੀ ਵੈਂਗਣੀ ਕਲਰ ਜੋ ਹੈ ਉਹ ਸਭ ਤੋਂ ਵੱਧ ਮੁੜਦਾ ਹੈ ਤੇ ਇਸ ਦੀ ਜੋ ਤਰੰਗ ਲੰਬਾਈ ਹੁੰਦੀ ਹੈ ਉਹ ਸਭ ਤੋਂ ਘੱਟ ਹੁੰਦੀ ਹੈ ਇਹ ਆਪਾਂ ਉੱਪਰ ਵੀ ਦੇਖ ਚੁੱਕੇ ਹਾਂ ਦੇਖੋ ਆਪਣੇ ਕੋ ਜਦੋਂ ਆਪਾਂ ਇਹ ਕੀਤਾ ਸੀ ਸਭ ਤੋਂ ਨੀਚੇ ਵਾਲਾ ਰੰਗ ਕਿਹੜਾ ਸੀ ਆਪਣੇ ਕੋ ਵਾਇਲਟ ਵਾਇਲਟ ਦਾ ਮਤਲਬ ਹੁੰਦਾ ਹੈ ਵੈਂਗਣੀ ਇਹ ਪ੍ਰਿਜ਼ਮ ਵਿੱਚ ਜਦੋਂ ਵਰਣ ਵਿਕੇਪਣ ਹੁੰਦਾ ਹੈ ਤੇ ਸਭ ਤੋਂ ਵੱਧ ਇਹ ਮੁੜਦਾ ਹੈ ਤੇ ਇਸ ਦੀ ਤਰੰਗ ਲੰਬਾਈ ਸਭ ਤੋਂ ਘੱਟ ਹੁੰਦੀ ਹੈ ਅਗਲਾ ਕੁਐਸਚਨ ਆਪਣੇ ਕੋ ਹੈ ਜੀ ਦੂਰ ਦ੍ਰਿਸ਼ਟੀ ਦੋਸ਼ ਵਿੱਚ ਪੀੜਿਤ ਅੱਖ ਦੇ ਨੇੜੇ ਦਾ ਬਿੰਦੂ ਕੀ ਹੁੰਦਾ ਹੈ ਤੇ ਨੇੜੇ ਦਾ ਬਿੰਦੂ ਸੁਣ ਉਦੋਂ ਆਪਣੇ ਕੋ ਹੁੰਦਾ ਹੈ 25 ਸੈਂਟੀਮੀਟਰ ਬਟ ਦੂਰ ਦ੍ਰਿਸ਼ਟੀ ਦੋਸ਼ ਦੇ ਵਿੱਚ ਇਹ 25 ਸੈਂਟੀਮੀਟਰ ਤੋਂ ਵੱਧ ਜਾਂਦਾ ਹੈ ਜੀ ਅਗਲਾ ਹੈ ਸਫੇਦ ਰੋਸ਼ਨੀ ਦੇ ਸੱਤ ਰੰਗਾਂ ਵਿੱਚ ਵਿਭਾਜਿਤ ਹੋਣ ਨੂੰ ਕੀ ਕਿਹਾ ਜਾਂਦਾ ਹੈ ਪ੍ਰਕਾਸ਼ ਦਾ ਵਰਣ ਵਿਖੇਪਣ ਆਪਾਂ ਹੁਣ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਜਦੋਂ ਸਫੇਦ ਰੰਗ ਪ੍ਰਿਜ਼ਮ ਦੇ ਵਿੱਚੋਂ ਪਾਸ ਹੁੰਦਾ ਹੈ ਤੇ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਹੈ ਜਿਹੜਾ ਕਿ ਆਪਾਂ ਇਹ ਕੀਤਾ ਹੋਇਆ ਹੈ ਉੱਪਰ ਦੇਖੋ ਇਹ ਦੇਖੋ ਇਹ ਸੱਤ ਰੰਗਾਂ ਵਿੱਚ ਟੁੱਟ ਗਿਆ ਹੈ ਤੇ ਇਸ ਨੂੰ ਕੀ ਕਹਿੰਦਾ ਪ੍ਰਕਾਸ਼ ਦਾ ਵਰਣ ਵਿਖੇਪਣ ਤੇ ਅਗਲਾ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕੋ ਇਸ ਤਰ੍ਹਾਂ ਹੈ ਜੀ ਸੁਰੇਂਦਰ ਦੇ ਪਿਤਾ ਜੀ ਅੱਖ ਦਾ ਲੈਂਸ ਸੁਰੇਂਦਰ ਦੇ ਪਿਤਾ ਜੀ ਦੇ ਅੱਖਾਂ ਦਾ ਲੈਂਸ ਦੁੱਧਿਆ ਹੋ ਗਿਆ ਹੈ ਇਸ ਦ੍ਰਿਸ਼ਟੀ ਦੋਸ਼ ਨੂੰ ਕੀ ਕਹਿੰਦੇ ਹਨ ਤੇ ਇਸ ਨੂੰ ਕਿਹਾ ਜਾਂਦਾ ਹੈ ਸਟੂਡੈਂਟ ਮੋਤੀਆਬਿੰਨ ਇਹ ਕਾਫੀ ਜੋ ਦੋ 에ਜਡ ਪਰਸਨ ਹੁੰਦੇ ਹਨ ਥੋੜੇ ਜਿਨ੍ਹਾਂ ਦੀ 에ਜ ਹੋ ਜਾਂਦੀ ਹੈ ਤੇ ਉਹ ਉਹਨਾਂ ਦੇ ਵਿੱਚ ਇੱਕ ਆਮ ਤੌਰ ਤੇ ਬਿਮਾਰੀ ਦੇਖੀ ਜਾਂਦੀ ਹੈ ਅੱਖਾਂ ਦੀ ਬਿਮਾਰੀ ਹੈ ਜੀ ਮੋਤੀਆਬਿੰਦ ਜਿਸ ਦੇ ਨਾਲ ਆਪਣੇ ਕੋਲ ਜੋ ਅੱਖਾਂ ਦਾ ਲੈਂਸ ਹੈ ਉਹ ਥੋੜਾ ਜਿਆਦਾ ਦੁੱਧਿਆ ਹੋ ਜਾਂਦਾ ਹੈ ਚਿੱਟੇ ਜੇ ਰੰਗ ਦਾ ਹੋ ਜਾਂਦਾ ਹੈ ਤੇ ਜਿਸ ਕਰਕੇ ਸਹੀ ਤਰ੍ਹਾਂ ਪਰਸਨ ਨੂੰ ਦਿਖਾਈ ਨਹੀਂ ਦਿੰਦਾ ਹੈ ਜੀ ਅੱਜ ਅੱਖਾਂ ਚੈੱਕ ਕਰਾਉਣ ਉਪਰੰਤ ਇਮਰਾਨ ਨੂੰ ਪਤਾ ਲੱਗਾ ਹੈ ਕਿ ਉਸ ਨੂੰ ਦੂਰ ਦ੍ਰਿਸ਼ਟੀ ਦੋਸ਼ ਹੈ ਇਸ ਦੋਸ਼ ਦੇ ਕੀ ਕਾਰਨ ਹੋ ਸਕਦੇ ਹਨ ਸੋ ਹੁਣ ਦੂਰ ਦ੍ਰਿਸ਼ਟੀ ਦੋਸ਼ ਦੇ ਕਾਰਨ ਕੀ ਹੁੰਦੇ ਹਨ ਇਹ ਆਪਾਂ ਦੇਖ ਲੈਂਦੇ ਹਾਂ ਜੀ ਦੂਰ ਦ੍ਰਿਸ਼ਟੀ ਦੋਸ਼ ਵਿੱਚ ਜੋ ਅੱਖ ਹੈ ਇਹ ਦੇਖੋ ਇਹ ਆਪਣੇ ਕੋ ਅੱਖ ਹੈ ਜੀ ਅੱਖ ਦੇ ਵਿੱਚ ਇਹ ਆਪਣੇ ਕੋ ਇਸ ਤਰ੍ਹਾਂ ਲੈਂਸ ਹੈ ਇੱਕ ਤਰ੍ਹਾਂ ਇਸ ਦਾ ਕਾਰਨ ਹੋ ਸਕਦਾ ਹੈ ਕਿ ਇਹ ਜੋ ਆਈ ਬੋਲ ਹੈ ਇਹ ਛੋਟੀ ਹੋ ਜਾਏਗੀ इस इसद जो रेज़ आदियां हैं जेकर छोटी हो जाएगी तो रेज थोड़िया पिछे जाके मिलने गांव कह सकते हैं इसकी फोकल लेंथ बढ़ गई है तो देखो ऑप्शन की है नेत्र लेंस की फोकस दूरी गई है ये भी अपने को ऑप्शन है डेले का आकार जो है वो छोटा हो गया ये भी अपने को सही है इट मीन एक दो ऑप्शन अपने को दोनों ही सही हैं जी अपने को इसका मेन अपने को कारण की होएगा जी ਦੋਨੋਂ ਹੀ ਕਾਰਨ ਹਨ ਨੀਤਰਲੈਂਡ ਦੀ ਫੋਕਸ ਦੂਰੀ ਦਾ ਵੱਧ ਜਾਣਾ ਜਾਂ ਡੀਲੀ ਦਾ ਛੋਟਾ ਹੋ ਜਾਣਾ ਇਹ ਦੋਨੋਂ ਹੀ ਇਸ ਦੇ ਕਾਰਨ ਹਨ ਜੀ ਇਟ ਮੀਨ ਆਪਾਂ ਤੀਸਰੀ ਆਪਸ਼ਨ ਤੇ ਟਿੱਕ ਕਰ ਦੇਣਾ ਹੈ ਕਿਉਂਕਿ ਪਹਿਲੇ ਦੋਨੋਂ ਆਪਸ਼ਨ ਸਹੀ ਹਨ ਤੇ ਇਸ ਜਗ੍ਹਾ ਲਿਖਿਆ ਹੈ ਪਹਿਲੀ ਅਤੇ ਦੂਨੀ ਦੋਨੋਂ ਆਪਸ਼ਨ ਸਹੀ ਹਨ ਜੀ ਆਪਣੇ ਕੋ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਵੀਨਾ ਜਦੋਂ ਕਲਾਸ ਵਿੱਚ ਸਭ ਤੋਂ ਪਿਛਲੇ ਬੈਂਚ ਤੇ ਬੈਠਦੀ ਹੈ ਤਾਂ ਉਸ ਨੂੰ ਬਲੈਕ ਬੋਰਡ ਤੇ ਲਿਖਿਆ ਸਪਸ਼ਟ ਦਿਖਾਈ ਨਹੀਂ ਦਿੰਦਾ ਹੈ ਤਾਂ ਜਦੋਂ ਉਸ ਨੂੰ ਆਪਣੀ ਕਾਪੀ ਤੇ ਲਿਖਿਆ ਸਪਸ਼ਟ ਦਿਖਾਈ ਦਿੰਦਾ ਹੈ ਜਦ ਕਿ ਉਸ ਨੂੰ ਆਪਣੀ ਜੋ ਕਾਪੀ ਹੈ ਉਸ ਤੇ ਸਪਸ਼ਟ ਦਿਖਾਈ ਦਿੰਦਾ ਹੈ ਦੂਰ ਜੋ ਬਲੈਕ ਬੋਰਡ ਤੇ ਲਿਖਿਆ ਉਹ ਦਿਖਾਈ ਨਹੀਂ ਦਿੰਦਾ ਹੈ ਤਾਂ ਵੀਨਾ ਨੂੰ ਕਿਹੜਾ ਦ੍ਰਿਸ਼ਟੀ ਦੋਸ਼ ਹੈ ਤੇ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਇਸ ਤਰ੍ਹਾਂ ਦੇ ਦੋਸ਼ ਨੂੰ ਕਿਹਾ ਜਾਂਦਾ ਹੈ ਨਿਕਟ ਦ੍ਰਿਸ਼ਟੀ ਦੋਸ਼ ਜਦੋਂ ਆਪਾਂ ਨੂੰ ਦੂਰ ਦੀਆਂ ਚੀਜ਼ਾਂ ਸਾਫ਼ ਦਿਖਾਈ ਨਹੀਂ ਦਿੰਦੀਆਂ ਹਨ ਇਸ ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ ਮਾਇਓਪੀਆ ਤੇ ਇਸ ਨੂੰ ਸਹੀ ਕਰਨ ਲਈ ਆਪਣੇ ਕੋਲ ਲੈਂਸ ਕਿਹੜਾ ਹੁੰਦਾ ਹੈ ਉਹ ਲੈਂਸ ਹੁੰਦਾ ਹੈ ਆਪਣੇ ਕੋਲ ਅਬਦਲ ਲੈਂਸ ਹੋਪਸ ਨੂੰ ਤੁਹਾਨੂੰ ਸਾਰੀ ਜੋ ਕੁਐਸਚਨ ਕਰਵਾਏ ਹਨ ਅਚੀ ਤਨਾ ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਅਤੇ ਸ਼ੇਜੂ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੂਰ ਪ੍ਰੈਸ ਕਰ ਲੈਣਾ ਹੈ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਨੂੰ ਜੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਸਾਨੂੰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ